ਸਰਕਾਰੀ ਸਕੀਮ ਦੀ ਪਹਿਲੀ ਕਿਸ਼ਤ ਖਾਤੇ 'ਚ ਆਉਂਦੇ ਹੀ 11 ਔਰਤਾਂ ਆਪਣੇ ਪ੍ਰੇਮੀਆਂ ਦੇ ਨਾਲ ਹੋਈਆਂ ਫਰਾਰ। 9 ਪਿੰਡਾਂ ਦੇ ਲੋਕਾਂ 'ਚ ਸਹਿਮ ਦਾ ਮਾਹੌਲ, ਪਰਿਵਾਰ ਵਾਲਿਆਂ ਤੋਂ ਹੋ ਰਹੀ ਹੈ ਪੁੱਛ ਪੜਤਾਲ, ਪ੍ਰਸ਼ਾਸਨ ਵੀ ਹੋਇਆ ਹੈਰਾਨ। ਦਰਅਸਲ ਬਹੁਤ ਹੀ ਹੈਰਾਨ ਕਰਦੀ ਖਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ। 9 ਪਿੰਡਾਂ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਹੋਇਆ ਪਿਆ। ਦੱਸ ਦਈਏ ਕਿ ਇੱਕ ਸਰਕਾਰੀ ਸਕੀਮ ਦੇ ਪੈਸੇ ਖਾਤੇ 'ਚ ਆਉਂਦੇ ਹੀ ਔਰਤਾਂ ਆਪਣੇ ਪ੍ਰੇਮੀਆਂ ਦੇ ਨਾਲ ਫਰਾਰ ਹੋ ਗਈਆਂ ਨੇ। ਦਰਅਸਲ ਇਹ ਖਬਰ ਮੀਡੀਆ ਰਿਪੋਰਟਾਂ ਮੁਤਾਬਕ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਜ਼ਿਲ੍ਹੇ ਦੀਆਂ 9 ਪਿੰਡਾਂ ਦੀਆਂ 11 ਔਰਤਾਂ ਸਰਕਾਰੀ ਸਕੀਮ ਦੇ ਪੈਸੇ ਖਾਤੇ 'ਚ ਆਉਂਦੇ ਹੀ ਆਪਣੇ ਪ੍ਰੇਮੀਆਂ ਦੇ ਨਾਲ ਫਰਾਰ ਹੋ ਗਈਆਂ ਨੇ। ਜਿਵੇਂ ਹੀ ਖਬਰ ਫੈਲੀ ਤਾਂ ਲੋਕ ਹੈਰਾਨ ਰਹਿ ਗਏ। ਸੋਸ਼ਲ ਮੀਡੀਆ ਉੱਤੇ ਇਸ ਮਾਮਲੇ ਉੱਤੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਨੇ। ਇਸ ਦੇ ਨਾਲ ਹੀ ਪੀੜਤਾਂ ਦੇ ਪਤੀਆਂ ਨੇ ਬਲਾਕ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਸਾਰੀ ਗੱਲ ਦੱਸੀ ਅਤੇ ਮਹਿਲਾਵਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਬਲਾਕ ਤੋਂ ਅਜਿਹੇ ਕਈ ਮਾਮਲੇ ਸਾਹਮਣੇ ਆਉਣ ਨਾਲ ਪ੍ਰਸ਼ਾਸਨ ਵੀ ਹੈਰਾਨ ਹੋ ਗਿਆ। ਪੀੜਤਾਂ ਦੇ ਪਤੀ ਉੱਚ ਅਧਿਕਾਰੀਆਂ ਨੂੰ ਮਿਲ ਕੇ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕਰ ਰਹੇ ਨੇ। ਪਰ ਇਸ ਤੋਂ ਪਹਿਲਾਂ ਇਹ ਸਰਕਾਰੀ ਖਾਤੇ ਦੀ ਦੂਸਰੀ ਕਿਸ਼ਤ ਆਵੇ ਤਾਂ ਉਸ ਨੂੰ ਪਹਿਲਾਂ ਹੀ ਰੋਕ ਦਿੱਤਾ ਗਿਆ। ਬਲਾਕ ਦੇ ਸਾਰੇ ਪਿੰਡਾਂ 'ਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੀੜਤਾਂ ਦੇ ਪਰਿਵਾਰਕ ਮੈਂਬਰਾਂ 'ਚ ਵੀ ਸਹਿਮ ਦਾ ਮਾਹੌਲ ਵੀ ਬਣਿਆ ਹੋਇਆ। ਇਸ ਖਬਰ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਵੀ ਲੋਕ ਕਰ ਰਹੇ ਨੇ। ਇਸ ਬਲਾਕ ਦੇ 9 ਪਿੰਡਾਂ ਦੀਆਂ 11 ਔਰਤਾਂ ਇਸੇ ਤਰ੍ਹਾਂ ਫਰਾਰ ਹੋਣ ਉੱਤੇ ਲੋਕਾਂ ਨੂੰ ਕਿਸੇ ਸਾਜ਼ਿਸ਼ ਦਾ ਵੀ ਸ਼ੱਕ ਹੋ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਲੋਕ ਇਸ ਮਾਮਲੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉਠਾ ਰਹੇ ਨੇ। ਕੁਝ ਲੋਕ ਪੋਸਟ ਕਰ ਰਹੇ ਨੇ ਕਿ ਇਹ ਸਭ ਤੋਂ ਪਹਿਲਾਂ ਹੀ ਯੋਜਨਾਬੰਦ ਸੀ, ਲੋਕ ਇਸ ਮਾਮਲੇ ਦੀ ਜਾਂਚ ਕਰਵਾਉਣਾ ਚਾਹੁੰਦੇ ਨੇ ਤਾਂ ਜੋ ਪਤਾ ਲੱਗ ਸਕੇ ਕਿ ਮਾਮਲਾ ਜਿਵੇਂ ਲੱਗਦਾ ਹੈ ਜਾਂ ਇਸ ਪਿੱਛੇ ਪ੍ਰੇਮ ਸੰਬੰਧਾਂ ਦੀ ਬਜਾਏ ਕੋਈ ਹੋਰ ਮੰਤਵ ਤਾਂ ਨਹੀਂ ਹੈ। ਕੁਝ ਵੀ ਹੋਵੇ, ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮਹਾਰਾਜਗੰਜ ਜ਼ਿਲ੍ਹਾ ਚਰਚਾ ਦੇ ਵਿੱਚ ਹੈ ਅਤੇ ਲੋਕ ਹੁਣ ਇਸ ਮਾਮਲੇ ਨਾਲ ਜੁੜੀ ਸਾਰੀ ਜਾਣਕਾਰੀ ਚਾਹੁੰਦੇ ਨੇ। ਪੀੜਤਾਂ ਦੇ ਪਤੀ ਉੱਚ ਅਧਿਕਾਰੀਆਂ ਨੂੰ ਮਿਲ ਕੇ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕਰ ਰਹੇ ਨੇ। ਪਰ ਇਸ ਤੋਂ ਪਹਿਲਾਂ ਇਹ ਸਰਕਾਰੀ ਖਾਤੇ ਦੀ ਦੂਸਰੀ ਕਿਸ਼ਤ ਆਵੇ ਤਾਂ ਉਸ ਨੂੰ ਪਹਿਲਾਂ ਹੀ ਰੋਕ ਦਿੱਤਾ ਗਿਆ। ਬਲਾਕ ਦੇ ਸਾਰੇ ਪਿੰਡਾਂ 'ਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੀੜਤਾਂ ਦੇ ਪਰਿਵਾਰਕ ਮੈਂਬਰਾਂ 'ਚ ਵੀ ਸਹਿਮ ਦਾ ਮਾਹੌਲ ਵੀ ਬਣਿਆ ਹੋਇਆ। ਇਸ ਖਬਰ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਵੀ ਲੋਕ ਕਰ ਰਹੇ ਨੇ। ਇਸ ਬਲਾਕ ਦੇ 9 ਪਿੰਡਾਂ ਦੀਆਂ 11 ਔਰਤਾਂ ਇਸੇ ਤਰ੍ਹਾਂ ਫਰਾਰ ਹੋਣ ਉੱਤੇ ਲੋਕਾਂ ਨੂੰ ਕਿਸੇ ਸਾਜ਼ਿਸ਼ ਦਾ ਵੀ ਸ਼ੱਕ ਹੋ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਲੋਕ ਇਸ ਮਾਮਲੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉਠਾ ਰਹੇ ਨੇ। ਕੁਝ ਲੋਕ ਪੋਸਟ ਕਰ ਰਹੇ ਨੇ ਕਿ ਇਹ ਸਭ ਤੋਂ ਪਹਿਲਾਂ ਹੀ ਯੋਜਨਾਬੰਦ ਸੀ, ਲੋਕ ਇਸ ਮਾਮਲੇ ਦੀ ਜਾਂਚ ਕਰਵਾਉਣਾ ਚਾਹੁੰਦੇ ਨੇ ਤਾਂ ਜੋ ਪਤਾ ਲੱਗ ਸਕੇ ਕਿ ਮਾਮਲਾ ਜਿਵੇਂ ਲੱਗਦਾ ਹੈ ਜਾਂ ਇਸ ਪਿੱਛੇ ਪ੍ਰੇਮ ਸੰਬੰਧਾਂ ਦੀ ਬਜਾਏ ਕੋਈ ਹੋਰ ਮੰਤਵ ਤਾਂ ਨਹੀਂ ਹੈ। ਕੁਝ ਵੀ ਹੋਵੇ, ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮਹਾਰਾਜਗੰਜ ਜ਼ਿਲ੍ਹਾ ਚਰਚਾ ਦੇ ਵਿੱਚ ਹੈ ਅਤੇ ਲੋਕ ਹੁਣ ਇਸ ਮਾਮਲੇ ਨਾਲ ਜੁੜੀ ਸਾਰੀ ਜਾਣਕਾਰੀ ਚਾਹੁੰਦੇ ਨੇ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ।